ਭੰਨਤੀ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਗੱਡੀ ਗਊ ਮਾਸ ਭਰ ਕੇ ਦਿੱਲੀ ਤੋਂ ਪੰਜਾਬ 'ਤੇ ਹੁੰਦੇ ਹੋਏ ਸ਼੍ਰੀਨਗਰ ਜਾਏਗੀ। ਇਹ ਸਪਲਾਈ ਪੰਜਾਬ 'ਚ ਵੀ ਕਰਦੇ ਹੈ ਔਰ ਇਹ ਸਪਲਾਈ ਹਰ ਸ਼ਹਿਰ ਦੇ ਵਿੱਚ ਕਰਦੇ ਜਾਂਦੇ ਹੈ। ਤੁਸੀਂ ਦੇਖਿਆ ਹੋਣਾ ਪਿੱਛੇ ਕੁਛ ਦਿਨਾਂ ਤੋਂ ਕੁਛ ਮਹੀਨਿਆਂ ਤੋਂ ਹਰ ਸ਼ਹਿਰ ਦੇ ਵਿੱਚ ਬਿਰਿਆਨੀ ਦੀਆਂ ਦੁਕਾਨਾਂ ਖੁੱਲ੍ਹ ਗਈਆਂ। ਇੰਨਾ ਕਿੰਨਾ ਕੁ ਪੰਜਾਬੀਆਂ ਨੂੰ ਬਿਰਿਆਨੀ ਨਾਲ ਪਸੰਦ ਆ ਗਈ ਜਾਂ ਕਿੰਨਾ ਕੁ ਉਹਨਾਂ ਨੂੰ ਲਗਾਵ ਹੋ ਗਿਆ ਕਿ ਉਹ ਹਰ ਬੰਦਾ ਹਰ ਸ਼ਹਿਰ 'ਚ 10-10 ਦੁਕਾਨਾਂ ਬਿਰਿਆਨੀ ਦੀਆਂ ਖੁੱਲ੍ਹ ਗਈਆਂ। ਉਹ ਬਿਰਿਆਨੀ ਨਹੀਂ, ਉਹ ਸਾਰਾ ਗਊ ਮਾਸ ਦਿੱਤਾ ਜਾ ਰਿਹਾ। ਟਰੱਕਾਂ ਦੇ ਟਰੱਕ ਭਰ ਕੇ ਦਿੱਲੀ ਤੋਂ, ਮੇਰਠ ਤੋਂ, ਯੂਪੀ ਤੋਂ, ਸਾਰੇ ਜਗ੍ਹਾ ਤੋਂ ਆ ਰਹੇ ਆ ਔਰ ਕਟਿੰਗ ਹੋ ਕੇ ਇੱਥੋਂ ਹੀ ਜਾਂਦੀਆਂ ਗਊ ਮਾਤਾ। ਪਿੱਛੇ ਤੁਸੀਂ ਦੇਖਿਆ ਹੋਣਾ ਖੰਨਾ ਦੇ ਵਿੱਚ ਵੀ, ਹੋਰ ਕਈ ਜਗ੍ਹਾ ਰਾੜਾ ਸਾਹਿਬ ਦੇ ਨਾਲ ਕਈ ਜਗ੍ਹਾ 'ਤੇ ਗਊ ਮਾਤਾ ਨੂੰ ਵੱਢ ਕੇ ਦਿੱਲੀ ਪਹੁੰਚਾਇਆ ਜਾਂਦਾ। ਦਿੱਲੀ ਤੋਂ ਫਿਰ ਇਹ ਫੈਕਟਰੀ 'ਚੋਂ ਪੈਕਿੰਗ ਕਰਕੇ ਆਪਣੀਆਂ ਸਟੈਂਪਾਂ ਲਾ ਕੇ ਇਹ ਸਾਰੇ ਪੰਜਾਬ, ਹਿਮਾਚਲ, ਹਰਿਆਣਾ, ਦਿੱਲੀ 'ਚ ਵੇਚਦੇ ਹੈ। ਅਤੇ ਇਹ ਕਾਰਵਾਈ ਬਿਲਕੁਲ ਬੰਦ ਹੋਣੀ ਚਾਹੀਦੀ ਹੈ, ਨਹੀਂ ਅੱਜ ਤੁਸੀਂ ਦੇਖ ਰਹੇ ਹੋ ਕਿ ਸਨਾਤਨੀ ਦਾ ਗੁੱਸਾ ਕਿਸ ਤਰ੍ਹਾਂ ਭੜ ਗਿਆ ਹੈ। ਐਸਾ ਨਾ ਹੋਵੇ ਕਿ ਇਹ ਮਾਹੌਲ ਪੰਜਾਬ ਨੂੰ ਖਰਾਬ ਕਰ ਦੇਵੇ। ਕਦੋਂ ਤੱਕ ਇਹ ਜਿਹੜਾ ਤੁਹਾਡਾ ਜਾਮ ਚੱਲਦਾ ਰਹੇਗਾ? ਜਦ ਤੱਕਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਜਦ ਤੱਕਰ ਪ੍ਰਧਾਨ ਜੀ ਬੈਠੇ ਆ, ਜਿੱਦਾਂ ਇਹ ਕਹਿਣਗੇ। ਮੰਗਾਂ ਸਾਡੀਆਂ ਇਹੀ ਹੈ ਜੀ, ਜਿਨ੍ਹਾਂ ਨੇ ਸਾਡੇ ਖਿਲਾਫ਼ ਅਣਗਹਿਲੀ ਕੀਤੀ ਹੈ ਪ੍ਰਸ਼ਾਸਨ ਨੇ, ਅਗਰ ਕੋਈ ਮਿਸਹੈਪਨਿੰਗ ਹੋ ਜਾਂਦੀ, ਅਸੀਂ ਬੀਟੀ ਕਰਾਈ ਹੈ ਆਪਣੇ ਕੰਟਰੋਲ ਰੂਮ 'ਤੇ, 5:30 ਦਾ ਫੋਨ ਕਰਿਆ ਹੋਇਆ, ਲੇਕਿਨ ਕੋਈ ਵੀ ਮੁਲਾਜ਼ਮ ਰੋਡ 'ਤੇ ਨਹੀਂ ਪਹੁੰਚਿਆ। ਉਸ ਤੋਂ ਬਾਅਦ ਵੀ ਅਸੀਂ, ਸਾਨੂੰ ਫੋਨ ਆਉਂਦਾ ਕਿ ਤੁਸੀਂ ਗੱਡੀ ਲੈ ਕੇ ਠਾਣੇ ਰੋਕੀ, ਅਸੀਂ ਠਾਣੇ ਅਸੀਂ ਕਰੀ, ਫਿਰ ਕਾਰਵਾਈ ਵੀ ਅਸੀਂ ਕਰ ਲੈਂਦੇ ਹਾਂ। ਹੁਣ ਅਸੀਂ ਕਰ ਰਹੇ ਹਾਂ ਕਾਰਵਾਈ, ਹੁਣ ਨਾ ਰੋਕੋ ਸਾਨੂੰ। ਮਸਲਾ ਇਹ ਹੈ, ਸਾਡੇ ਕੋਲ ਸੋਚਣਾ ਸੀ ਵੀ ਗਊ ਮਾਸ ਦਾ ਜਿਹੜਾ ਟਰੱਕ ਭਰਿਆ ਹੋਇਆ ਇਹ ਦਿੱਲੀ ਵੱਲੋਂ ਆ ਰਿਹਾ, ਇਹਨੇ ਸ਼੍ਰੀਨਗਰ ਜਾਣਾ, ਅਤੇ ਮੈਂ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਜਦੋਂ ਸਰਹੰਦ ਦੇ ਨੇੜੇ ਪਹੁੰਚੇ ਤਾਂ ਕੋਈ ਨਾਕਾ ਨਹੀਂ ਲੱਗਿਆ, ਫਿਰ ਮੈਂ ਬੰਦਾ ਭੇਜਿਆ ਸਪੈਸ਼ਲ ਥਾਣੇ ਦੇ ਅੰਦਰ। ਉਹਨਾਂ ਦੀਆਂ 1/2 ਘੰਟਾ ਮਿੰਨਤਾਂ ਕਰੀਆਂ ਵੀ 2 ਮੁਲਾਜ਼ਮ ਭੇਜੋ, ਆਪਾਂ ਨਾਕਾ ਲਾ ਕੇ ਰਖਵਾਈਏ। ਕਿਸੇ ਨੇ ਉੱਥੇ ਨਾਲ ਜਾਣ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕਰੀ। ਅਸੀਂ ਆਪਣੇ ਦਲ ਬਲ ਨਾਲ, ਆਪਣੀ ਟੀਮ ਦੇ ਨਾਲ ਬੜੀ ਮੁਸ਼ਕਲ ਨਾਲ ਉਹਨੇ ਸਾਡੇ ਉੱਪਰ ਟਰੱਕ ਚੜਾਉਣ ਦੀ ਕੋਸ਼ਿਸ਼ ਕਰੀ, ਅਸੀਂ ਇਸ ਨੂੰ ਗੋਬਿੰਦਗੜ੍ਹ 'ਚ ਰੋਕਿਆ। ਇਸ ਦੇ ਬਾਵਜੂਦ ਜਿਹੜਾ ਟਰੱਕ ਹੈ ਥਾਣੇ ਆ ਗਿਆ, ਪਹੁੰਚ ਗਿਆ, ਅਤੇ ਕੋਈ ਵੀ ਨਾ ਤਾਂ ਥਾਣੇ 'ਚ SHO ਸੀ ਅਤੇ ਜਿਹੜੇ ਮੁਲਾਜ਼ਮ ਸੀ ਕੋਈ ਗੱਲ ਨਹੀਂ ਸੁਣ ਰਹੇ ਸੀ। ਮਜਬੂਰਨ ਜਿਹੜੇ ਲੋਕ ਆ ਉਹਨਾਂ ਦੀ ਜਿਹੜੀ ਭਾਵਨਾ ਭੜਕ ਗਈਆਂ ਅਤੇ ਉਹ ਆ ਕੇ ਸੜਕ 'ਤੇ ਬੈਠ ਗਏ। ਅਤੇ ਮੇਰੀ ਤਾਂ ਇਹੀ ਬੇਨਤੀ ਹੈ ਪੰਜਾਬ ਸਰਕਾਰ ਨੂੰ, ਇਹ ਜਿਹੜਾ ਗਊਆਂ ਵੱਢਣ ਕੱਟਣ ਦਾ ਜਿਹੜਾ ਮਸਲਾ ਪੰਜਾਬ 'ਚ ਚੱਲ ਗਿਆ, ਮੈਂ ਅੱਜ ਤੱਕਰ ਗਊ ਰਕਸ਼ਾ ਕਰਦੇ ਹੋਏ, ਮੈਨੂੰ ਤਕਰੀਬਨ 45-50 ਸਾਲ ਹੋ ਚੁੱਕੇ ਹੈ, ਮੈਂ ਇਹ ਨਹੀਂ ਦੇਖਿਆ ਸੀ ਪੰਜਾਬ ਦੇ ਅੰਦਰ ਵੀ ਗਊਆਂ ਨੂੰ ਵੱਢ ਕੇ ਕਤਲ ਕਰਕੇ ਟਰੱਕਾਂ 'ਚ ਪੈਕ ਕਰਕੇ ਪੰਜਾਬ 'ਚੋਂ ਜਾਂਦੀਆਂ ਹੋਣ, ਪੰਜਾਬ 'ਚੋਂ ਲੰਘਦੀਆਂ ਹੋਣ। ਅਸੀਂ ਇਸੇ ਬੈਲਟ 'ਤੇ 8-10 ਟਰੱਕ ਸਾਲ ਸਵਾ ਸਾਲ 'ਚ ਫੜ ਚੁੱਕੇ ਹਾਂ, ਅਤੇ ਪੁਲਿਸ ਨੂੰ ਪਿਛਲੇ ਦਿਨ ਹੀ ਅਸੀਂ ਖੰਨੇ ਦੇ ਅੰਦਰ ਵੀ ਫੜਿਆ ਸੀ, 10 ਗਊਆਂ ਦੇ ਸਿਰ ਵੱਢੇ ਹੋਏ ਸੀ। ਮੈਨੂੰ ਇਵੇਂ ਲੱਗਦਾ ਵੀ ਪੁਲਿਸ ਨੂੰ ਜਦੋਂ ਅਸੀਂ ਕੋਈ ਗੱਡੀ ਫੜਦੇ ਹਾਂ, ਉਹਨਾਂ ਦਾ ਇੱਕ ਧੰਦਾ ਸ਼ੁਰੂ ਹੋ ਜਾਂਦਾ, ਕਿਸੇ ਦਾ ਨਾਮ ਕੱਢਣਾ, ਕਿਸੇ ਦਾ ਪਾਣਾ, ਕਿਸੇ ਨੂੰ ਪਾਣਾ ਨਹੀਂ ਪਰਚੇ 'ਚ, ਕਿਸੇ ਦਾ ਪਰਸਾ ਕਮਜ਼ੋਰ ਕਰਨਾ, ਪਰਚੇ ਨੂੰ ਕਮਜ਼ੋਰ ਕਰਨਾ, ਉਹਨਾਂ ਦੀ ਜ਼ਮਾਨਤਾਂ ਕਰਾਉਣੀਆਂ ਸਾਡੇ ਨਾਲ ਹੋ ਚੁੱਕਿਆ। ਮਜਬੂਰਨ ਇਹ ਜਿਹੜੀ ਆਵਾਜ਼ ਹੈ ਭਗਵੰਤ ਮਾਨ ਤੱਕਰ ਜਾਣੀ ਚਾਹੀਦੀ ਹੈ ਵੀ ਤੁਸੀਂ ਚਲੋ ਬਹੁਤ ਵਧੀਆ ਕੰਮ ਕਰ ਰਹੇ, ਠੀਕ ਹੈ, ਪਰ ਤੁਹਾਨੂੰ ਤੁਹਾਡੇ ਜਿਹੜੇ ਥਾਣੇ ਦੇ ਅੰਦਰ ਛੋਟੇ ਮੁਲਾਜ਼ਮ ਹੈ ਉਹ ਕੋਈ ਕੰਮ ਨਹੀਂ ਕਰ ਰਿਹਾ, ਸੁੱਤੇ ਪਏ ਹੈ। ਮੈਂ ਸਵੇਰੇ DGP ਸਾਹਿਬ ਨੂੰ 6 ਵਜੇ ਫੋਨ ਮਾਰਿਆ, ਉਹਨਾਂ ਨੇ ਪਹਿਲੀ ਰਿੰਗ 'ਤੇ ਮੇਰਾ ਫੋਨ ਚੁੱਕਿਆ,
ਔਰ ਉਹਨਾਂ ਨੇ ਮੈਸੇਜ ਲਾਏ, ਮੈਨੂੰ ਅਫਸਰਾਂ ਨਾਲ ਗੱਲ ਵੀ ਹੋਈ, ਉਹਦੇ ਬਾਵਜੂਦ ਵੀ ਕੋਈ ਥਾਣੇ 'ਚ ਜ਼ਿੰਮੇਵਾਰ ਬੰਦਾ ਨਹੀਂ ਸੀ, ਜਿਸ ਕਾਰਨ ਅਸੀਂ ਸਾਨੂੰ ਉੱਥੇ ਸਾਡੇ ਤਾਂ ਮੰਗ ਇਹ ਹੈ ਗਊ ਰਕਸ਼ਾ ਦਲ ਵੱਲੋਂ, ਸ੍ਰੀ ਹਿੰਦੂ ਤਖ਼ਤ ਵੱਲੋਂ, ਗਊ ਰਕਸ਼ਾ ਦਲ ਦਾ ਮੈਂ ਕੌਮੀ ਪ੍ਰਧਾਨ ਹੈ, ਅਤੇ ਇਹ ਜਿਹੜੇ ਮੁਲਾਜ਼ਮਾਂ ਨੇ ਅਣਗਹਿਲੀ ਕਰੀ ਹੈ ਥਾਣੇ ਦੇ ਅੰਦਰ, ਹੈ ਇਹ ਸਸਪੈਂਡ ਹੋਣੇ ਚਾਹੀਦੇ ਹੈ। ਕੱਲ੍ਹ ਨੂੰ ਕੋਈ ਵੱਡੀ ਕੋਈ ਵਾਰਦਾਤ ਹੁੰਦੀ ਹੈ, ਕੋਈ ਬੰਦਾ ਬੁਲਾਉਣ ਜਾਂਦਾ ਹੈ ਤਾਂ ਇਹ ਉਹਨਾਂ ਦੇ ਨਾਲ ਇਹਨਾਂ ਨੇ ਜਵਾਬ ਦੇਣਾ ਨਾ ਜਾਣਾ, ਅਤੇ ਮੈਂ ਸਮਝਦਾ ਇਹਨਾਂ ਦੀ ਬਹੁਤ ਵੱਡੀ ਅਣਗਹਿਲੀ।